ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਅੱਜ 20 ਮਈ 2023 ਦਿਨ ਸ਼ਨੀਵਾਰ ਗਰਮੀਆਂ ਹੋ ਗਈਆਂ ਸ਼ੁਰੂ ਆਪਾਂ ਖੜ੍ਹੇ ਹਾਂ ਲੁਧਿਆਣਾ ਸਟੇਸ਼ਨ 'ਤੇ ਸ਼ਾਮੀ ਹੋ ਗਿਆ 6:30 ਵਜੇ ਪਹਿਲੀ ਗੱਲ ਤਾਂ ਦੇਖੋ ਇੱਥੇ ਤੁਹਾਨੂੰ ਸਾਰੇ ਹੀ ਲੇਬਰ ਕਲਾਸ ਹੋਊਗੇ ਪੰਜਾਬੀ ਘੱਟ ਦਿਖੂਗਾ ਦੇਖ ਲਓ ਸਾਡੇ ਸਾਰੀ ਲੇਬਰ ਹੈਗੀ ਆ ਯੂਪੀ ਬਿਹਾਰ ਗੌਂਡਾ ਹੈਂ ਬਲੀਆ ਪਰ ਯੂਪੀ ਸਭ ਯੂਪੀ ਜਾਣ ਵਾਲੇ ਬੰਦੇ ਨੇ ਪੰਜਾਬ ਵਾਲੇ ਬਹੁਤ ਘੱਟ ਨੇ ਦੇਖ ਲਓ ਆਹ ਸਟੇਸ਼ਨ 'ਤੇ ਵੀ ਦੇਖ ਲਓ ਅਤੇ ਉਸ ਸਟੇਸ਼ਨ 'ਤੇ ਵੀ ਦੇਖ ਲਓ ਸਾਰੇ ਫਿੱਟ ਹੁੰਦੇ ਅਤੇ ਆਪਾਂ ਵੀ ਹੁਣ ਜਾ ਰਹੇ ਹਾਂ ਅੰਮ੍ਰਿਤਸਰ ਠੀਕ ਹੈ ਸ਼ਾਮੀ ਆਪਣੀ 6:45 ਦੀ ਟ੍ਰੇਨ ਹੈ ਰਾਤੀ ਪਹੁੰਚਾਂਗੇ ਦਰਬਾਰ ਸਾਹਿਬ ਚੱਲੇ ਹਾਂ ਮੱਥਾ ਟੇਕਣ ਅੱਜ ਆਪਾਂ ਹੋ ਗਏ 40 ਸਾਲ ਦੇ 40ਵਾਂ ਲੱਗ ਗਿਆ ਜਨਮ ਦਿਨ ਹੈ ਠੀਕ ਹੈ ਮਤਲਬ ਕਹਿਣ ਨੂੰ ਜਨਮ ਦਿਨ 1983 ਨੂੰ ਹੋਏ ਸੀ ਪੈਦਾ ਆ ਵੀ ਚੱਲਿਆ ਸਾਡੇ ਨਾਲ ਸੀਪੂ ਮੀਕੂ ਅਭੀ ਸਿੰਘ ਰਾਜ ਸਿੰਘ ਹੈ ਹੈਲੋ ਕਰ ਦਿਓ ਆ ਬਾਬਾ ਜੀ ਚੱਲੇ ਹਾਂ ਕੀ ਕਰਨ ਚੱਲੇ ਬਾਬਾ ਜੀ ਦੇ ਜੈ ਕਰਨ ਚੱਲਿਆ ਸੋ ਟ੍ਰੇਨ ਆ ਗਈ ਹੈਗੀ ਆ ਅਤੇ ਇਹ 'ਚ ਬਹਿੰਦੇ ਹੈਗੇ ਹਾਂ ਉਸ ਤੋਂ ਬਾਅਦ ਚੱਲਦੇ ਹਾਂ ਅੰਮ੍ਰਿਤਸਰ ਸੋ ਅਭੀ ਨੂੰ ਲੱਗ ਗਈ ਸੀ ਇੱਥੇ ਭੁੱਖ ਅਤੇ ਅਭੀ ਖਾਂਦਾ ਪਿਆ ਹੁਣ ਇੱਥੇ ਰੋਟੀ ਦਾਦੀ ਜੀ ਨੇ ਪੈਕ ਕਰਤੀ ਸੀਗੀ ਇਹਦੇ ਲਈ ਰੋਟੀ ਚਲੋ ਅਭੀ ਖਾਂਦਾ ਹੈਗਾ ਅਤੇ ਅਸੀਂ ਵੀ ਦੇਖਦੇ ਹਾਂ ਅਸੀਂ ਵੀ ਖਾਂਦੇ ਹਾਂ ਕਿਉਂਕਿ ਸਾਨੂੰ ਤਾਂ ਸਾਰਿਆਂ ਨੂੰ ਭੁੱਖ ਲੱਗੀ ਹੋਈ ਹੈਗੀ ਸੋ ਇੱਥੇ ਚੱਲ ਰਹੀਆਂ ਅਭੀ ਦੀ ਸ਼ਰਾਰਤਾਂ ਅਤੇ ਰੋਟੀ ਖਾ ਕੇ ਪੂਰਾ ਚਾਰਜ ਹੋ ਚੁੱਕਾ ਅਤੇ ਇੱਥੇ ਫੁੱਲ ਇਹਦੀ ਸ਼ਰਾਰਤਾਂ ਚੱਲਦੀਆਂ ਪਈਆਂ ਅਤੇ ਘੰਟਾ ਕੁ ਸਾਨੂੰ ਹੋਰ ਲੱਗੇਗਾ ਅਤੇ ਅਸੀਂ ਪਹੁੰਚ ਜਾਂਗੇ ਅੰਮ੍ਰਿਤਸਰ ਸੋ ਹੁਣ ਪਹੁੰਚ ਗਏ ਅਸੀਂ ਅੰਮ੍ਰਿਤਸਰ ਸਟੇਸ਼ਨ ਗੱਡੀ ਰੁਕਦੀ ਆ ਉਤਰਦੇ ਹਾਂ ਅਸੀਂ ਜਾ ਰਹੇ ਹਾਂ ਦਰਬਾਰ ਸਾਹਿਬ ਰਾਤ ਦੇ ਵੱਜ ਗਏ 9 ਠੀਕ ਹੈ ਹੁਣ ਇੱਥੋਂ ਬਾਹਰ ਆਟੋ ਫੜਾਂਗੇ ਅਤੇ ਟੈਕਸੀ ਕਰਦੇ ਹਾਂ ਅਤੇ ਚੱਲਦੇ ਹਾਂ ਦਰਬਾਰ ਸਾਹਿਬ ਮੱਥਾ ਟੇਕਣ ਆਓ ਲੈ ਕੇ ਚੱਲੀਏ ਸਰ ਹੈਲਪਰ ਸਟਰੀਟ ਰਾਤ ਦੀਆਂ ਰੌਣਕਾਂ ਦੇਖੋ ਅਤੇ ਪਾਰਟੀਸ਼ਨ ਵੀ ਉਹਦੇ ਆਪਾਂ ਅੰਦਰ ਜਾਂਦੇ ਹਾਂ ਦਿਖਾਉਂਦੇ ਹਾਂ ਫੋਟੋ ਵਗੈਰਾ ਖਿੱਚਦੇ ਹਾਂ ਵੀਡੀਓ ਬਣਾਉਂਦੇ ਹਾਂ ਆਪਾਂ ਗੋਲਗੱਪੇ ਖਾਣ ਲੱਗੇ ਹਾਂ 20:55 ਆਓ ਅੰਮ੍ਰਿਤਸਰ ਦੇ ਗੋਲਗੱਪੇ ਖਾਈਏ ਹੁਣ ਅਸੀਂ ਆ ਗਏ ਇੱਥੇ ਪਾਰਟੀਸ਼ਨ ਮਿਊਜ਼ੀਅਮ ਅਤੇ ਕਾਫੀ ਵਧੀਆ ਬਣਿਆ ਹੋਇਆ ਚਲੋ ਇਹਨੂੰ ਦੇਖਦੇ ਹਾਂ ਤੁਹਾਨੂੰ ਵੀ ਦਿਖਾਉਂਦਾ ਆਪਾਂ ਆਏ ਹਾਂ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਆ ਹੈਗੀ ਹੈ ਜੀ ਸਟੇਟ ਇੱਥੇ ਆਹ ਬੱਚਿਆਂ ਲਈ ਝੂਲੇ ਵਗੈਰਾ ਟ੍ਰੇਨ ਹੈ ਅਤੇ ਆਪਾਂ ਲੈਣ ਲੱਗੇ ਹਾਂ ਅਗਲੀ ਟ੍ਰੇਨ 100 ਰੁਪਏ ਦੀ ਟੋਏ 100 ਰੁਪਏ ਟ੍ਰੇਨ ਠੀਕ ਹੈ ਜੀ ਦਿਓ ਜੀ ਬੱਚੇ ਨੂੰ ਜੀ ਮੈਨੂੰ ਅਭੀ ਨੂੰ ਸਮਝਾ ਰਿਹਾ ਹੈ ਕਿੱਦਾਂ ਚਲਾਉਣਾ ਹੈਗਾ ਆਹ ਦੇਖੋ ਭੁੱਖਾ ਵੀ ਰੱਖਿਆ ਉੱਤੇ ਬਣਦੀਆਂ ਜਲੇਬੀਆਂ ਸਮੋਸੇ ਟਿੱਕੀ ਗੁਲਗੁੱਟੇ ਵਗੈਰਾ ਟ੍ਰੇਨ ਕੜੋਕਾ ਜਲੇਬੀ ਆਲੂ ਟਿੱਕੀ ਗੋਲਗੱਪੇ ਕਿਵੇਂ ਆ ਬਈ ਜਲੇਬੀ ਅਤੇ ਸਮੋਸੇ ਦੋ ਸਮੋਸੇ ਵਧੀਆ ਬਣਾਇਆ ਇਹ ਹਿਸਾਬ ਤਾਬ ਜਾ ਕਾਰ 100 ਰੁਪਈਆ ਪਰ ਟਿਕਟ ਹਰ ਚੀਜ਼ ਦੀ ਆਓ ਆਪਣੇ ਬੱਚਿਆਂ ਨੂੰ ਲੈ ਕੇ ਆਓ ਇੱਥੇ ਇੰਜੋਏ ਕਰਵਾਓ ਅੰਦਰ ਵੀ ਲੈ ਕੇ ਜਾਂਦੇ ਤਾਂ ਦਿਖਾਉਂਦੇ ਹਾਂ ਜੀ ਨਜ਼ਾਰੇ ਅੰਦਰ ਦੇ ਵੀ ਉਹ ਦੇਖੋ ਵੀ ਆ ਰਿਹਾ ਆਹਾਹਾ ਛੋਟੇ ਲੈ ਰਿਹਾ ਕਾਰ ਛੋਟੀ ਜਿਹੀ ਕਾਰ ਜੀ ਹੈ ਬੱਚੀ ਚਲਾ ਰਹੀ ਹੈ ਆਹ ਬਣਿਆ ਜੈਬਰਾ ਆਪਣੇ ਘਰੇ ਘੋੜਾ ਸੀ ਵਾਹ ਜੀ ਵਾਹ ਦੇਖੋ ਜੀ ਲਾਈਟਿੰਗ ਲੋਕ ਇੰਜੋਏ ਕਰ ਰਹੇ ਅੰਮ੍ਰਿਤਸਰ ਅੰਮ੍ਰਿਤਸਰੀ ਫੂਡ ਸਟਰੀਟ 10 AM ਤੋਂ 11:30 ਜਾਓਗੇ ਦਿਖਾਉਂਦੇ ਤੁਹਾਨੂੰ ਅਭੀ ਲਈ ਜਾਂਦਾ ਝੂਟੇ ਮਾਈਆਂ ਅੰਮ੍ਰਿਤਸਰ ਆ ਕੇ ਜਿਹੜੀਆਂ ਮਾਰਦਾ ਪਿਆ ਇਹ ਸਾਰੀ ਸਟਰੀਟ ਬਹੁਤ ਸੋਹਣੀ ਬਣੀ ਹੈ ਜੀ ਅਸੀਂ ਬਹਿ ਗਏ ਜੀ ਹੁਣ ਟ੍ਰੇਨ ਦੇ ਵਿੱਚ ਸੁਰਮਨ ਮੈਂ ਅਤੇ ਰਾਜ ਉਹ ਜੀ ਅੱਗੇ ਬਹਿ ਗਏ ਅੱਜ ਆ ਰਹੀ ਟ੍ਰੇਨ ਹੁਣ ਝੂਟੇ ਦਵਾ ਰਹੀ ਤੁਹਾਨੂੰ ਚਲੋ ਅੱਗੇ ਚੱਲਦੇ ਦੇਖਦੇ ਹਾਂ ਅਗਲੀ ਉੱਧਰ ਸਟਰੀਟ ਦੇ ਅੰਦਰ ਜਿਹੜੀ ਫੂਡ ਸਟਰੀਟ ਬਹੁਤ ਸੋਹਣੀ ਬਣੀ ਹੈ ਦੇਖੋ ਭਾਅ ਜੀ ਬੈਠੇ ਦਰਬਾਰ ਸਾਹਿਬ ਦੇ ਅਤੇ ਪੋਰਟਰੇਟ ਬਣਾਉਂਦੇ ਨੇ 300 ਰੁਪਈਆ ਲੈਂਦੇ ਨੇ 300 ਰੁਪਏ ਦੇ ਵਿੱਚ
ਹੋਟਲ ਆਪਾਂ ਸੁਰਮਨ ਦਾ ਬਣਾਉਣ ਲੱਗੇ ਹਾਂ ਠੀਕ ਹੈ ਪਹਿਲਾਂ ਆਪਾਂ ਥਾਲਣ 'ਚ ਬਣਵਾਇਆ ਸੀ ਆਹ ਭਾਈ ਸ਼ੁਰੂ ਕਰਨ ਲੱਗੇ ਨੇ ਦੇਖੋ ਜੀ ਕਲਾ ਕਲਾ ਦਾ ਕੋਈ ਮੁੱਲ ਨਹੀਂ ਹੈ ਜੀ ਇਹ ਹੁੰਦੀ ਕਲਾ ਸਕੈਚ ਬਣਨਾ ਸ਼ੁਰੂ ਹੋ ਗਿਆ ਜੀ ਦੇਖੋ ਜੀ ਕਿੰਨੀ ਦੇਰ 'ਚ ਬਣਦਾ ਆਹ ਦੇਖੋ ਬੈਠਾ ਸੁਰਮਨ ਬਣ ਰਿਹਾ ਸ਼ੁਰੂਆਤ ਹੋ ਗਈ ਹੈ ਦੇਖੋ ਜੀ ਸ਼ੁਰੂ ਹੋ ਗਿਆ ਕਲਾ ਕਲਾ ਬਾਈ ਜੀ ਇੱਥੇ ਬਹਿੰਦੇ ਨੇ ਦਰਬਾਰ ਸਾਹਿਬ ਦੀ ਜਿਹੜੀ ਸਟਰੀਟ ਹੈ 300 ਰੁਪਈਆ ਪਰ ਫੋਟੋ ਇਹਨੇ ਵੀ ਲੈ ਲਿਆ ਟੋਏ ਇਹ ਵੀ ਖੁਸ਼ ਆ ਹੁਣ ਠੀਕ ਹੈ ਚਲੋ ਜੀ ਦੇਖੋ ਜੀ ਹੌਲੀ ਹੌਲੀ ਉੱਭਰ ਆਈ ਹੈ ਫੋਟੋ ਸੁਰਮਨ ਦੀ ਕੰਪਲੀਟ ਹੋਣ ਲੱਗੀ ਫੋਟੋ ਸੁਰਮਨ ਦੀ ਦੇਖੋ ਜੀ ਕਿਆ ਕਲਾ ਹੁਣ ਫੋਟੋ ਦਾ ਕੰਪਲੀਟ ਹੋ ਗਿਆ ਭਾਅ ਜੀ ਕਰਦੇ ਪਏ ਸ਼ੇਡਿੰਗ ਅਤੇ ਸ਼ੇਡਿੰਗ ਕਰਦੇ ਆ ਅਤੇ ਕੰਪਲੀਟ ਫੋਟੋ ਤੁਹਾਨੂੰ ਮੈਂ ਦਿਖਾਉਂਦਾ ਵਾਹਿਗੁਰੂ ਜੀ ਰਾਤ ਦੇ 12 ਵੱਜ ਚੁੱਕੇ ਨੇ ਦੇਖੋ ਕਿੰਨੀ ਸੰਗਤ ਅੱਜ ਦਿਨ ਸ਼ਨੀਵਾਰ ਦਾ ਹੈਗਾ ਟਾਈਮ ਹੁਣ ਐਤਵਾਰ ਸ਼ੁਰੂ ਹੋ ਗਿਆ ਦੇਖੋ ਸੰਗਤ ਬਹੁਤ ਆਈ ਹੋਈ ਹੈਗੀ ਹੈ ਅਤੇ ਆਹ ਬੋਰਡ ਵੀ ਦੇਖ ਲਓ ਹੁਣ ਲੱਗ ਗਿਆ ਇੱਥੇ ਤੰਬਾਕੂ ਰਹਿਤ ਖੇਤਰ ਜਿੱਥੇ ਬੀੜੀ ਸਿਗਰਟ ਪੀਣਾ ਮਨਾ ਹੈ ਅਤੇ ਪੀਂਦੇ ਨੇ ਨਸ਼ਾ ਪੱਤਾ ਕਰਦੇ ਨੇ ਇਹਨਾਂ ਦੀ ਸਖਤੀ ਨਾਲ ਮੁੜ ਕੇ ਜਾਏਗਾ ਬਹੁਤ ਸੰਗਤ ਹੈ ਜੀ ਬਹੁਤ ਜ਼ਿਆਦਾ ਸੰਗਤ ਹੈ ਜੁੜੇ ਘਰ 'ਚ ਵੀ ਬਹੁਤ ਰਸ਼ ਹੈ ਠੀਕ ਹੈ ਅਤੇ ਸਰਾਵਾਂ ਵਿੱਚ ਪੂਰਾ ਬਹੁਤ ਰਸ਼ ਹੈ ਜਗ੍ਹਾ ਹੈ ਨਹੀਂ ਨਾ ਰੂਮ ਮਿਲਦਾ ਨਾ ਕੋਈ ਇੱਥੇ ਦੇਖੋ ਬਹੁਤ ਜ਼ਿਆਦਾ ਸੰਗਤ ਹੈ ਅੱਜ ਦਿਨ ਸ਼ਨੀਵਾਰ ਦਾ ਰਾਤ 12 ਵੱਜ ਚੁੱਕੇ ਨੇ ਅਤੇ ਦੇਖੋ ਰੌਣਕਾਂ ਇੱਧਰੋਂ ਬਾਹਰ ਠੀਕ ਹੈ ਬਾਹਰ ਕਿੰਨੀ ਸੰਗਤ ਹੈ ਆਜੋ ਤੁਹਾਨੂੰ ਅੰਦਰ ਜਾਂਦੇ ਹਾਂ ਅਤੇ ਅੰਦਰ ਫਿਰ ਦਰਸ਼ਨ ਕਰਾਉਂਦੇ ਹਾਂ ਜੀ ਇੱਥੇ ਅਨਾਊਂਸਮੈਂਟ ਵੀ ਹੋ ਰਹੀ ਹੈ ਕਿ ਤੰਬਾਕੂ ਬਾਰੇ ਜੋ ਵੀ ਅਸੀਂ ਪਹਿਲਾਂ ਤੁਹਾਨੂੰ ਬੋਰਡ ਦਿਖਾਇਆ ਉੱਥੇ ਅਨਾਊਂਸਮੈਂਟ ਹੋ ਰਹੀ ਹੈ ਸੰਗਤ ਕਰ ਰਹੀ ਫਿਰ ਧੋਣ ਦੀ ਰਾਤ ਵੀ ਚੱਲ ਰਹੀ ਹੈ ਉਹ ਵੀ ਇੱਥੇ ਸੇਵਾ ਤੋਂ ਸਾਫ਼ ਸਫਾਈ ਚੱਲ ਰਹੀ ਗੁਰਦੁਆਰਾ ਸਾਹਿਬ ਦੇਖੋ ਉੱਪਰ ਦੂਰ ਤੱਕ ਦੇਖੋ ਜੋ ਸਫਾਈ ਹੋ ਰਹੀ ਸਾਰੀ ਕੂਲਰ ਵੀ ਲੱਗੇ ਹੋਇਆ ਅਤੇ ਸਾਰੀ ਸੰਗਤ ਲੇਟੀ ਹੋਈ ਹੈ ਇੱਥੇ ਅਤੇ ਚਲੋ ਪਰਿਕਰਮਾ ਕਰਦੇ ਹੈਗਾ ਸੰਗਤ ਇੰਨੀ ਜ਼ਿਆਦਾ ਹੈਗੀ ਹੈ ਇੱਥੇ ਬਹੁਤ ਜ਼ਿਆਦਾ ਸੰਗਤ ਹੈ ਅਤੇ ਅਸੀਂ ਵੀ ਬੈਠੇ ਹੋਏ ਹਾਂ ਇੱਥੇ ਹੀ ਵਾਹਿਗੁਰੂ ਜੀ 12:30 ਹੋ ਗਏ ਸਵੇਰ ਦੇ ਠੀਕ ਹੈ ਐਤਵਾਰ ਹੋ ਗਿਆ ਸ਼ਨੀਵਾਰ ਤੋਂ 21 ਤਰੀਕ ਸੰਗਤ ਦੇਖੋ ਬਹੁਤ ਜ਼ਿਆਦਾ ਰਸ਼ ਬਹੁਤ ਜ਼ਿਆਦਾ ਅਤੇ ਨਹੀਂ ਵਾਰੀ ਆਉਂਦੀ ਆਪਾਂ ਇੱਥੇ ਹੀ ਮੱਥਾ ਟੇਕ ਲਿਆ ਅਤੇ ਆਪਾਂ ਹੁਣ ਵਾਪਸ ਜਾ ਰਹੇ ਹਾਂ ਲੁਧਿਆਣੇ ਨੂੰ ਜੀ ਆਓ ਚੱਲੀਏ ਲੁਧਿਆਣੇ ਨੂੰ ਸੋ ਇੱਥੇ ਆ ਚੁੱਕੇ ਹਾਂ ਹੁਣ ਪਾਲਕੀ ਸਾਹਿਬ ਚਲੋ ਪਾਲਕੀ ਸਾਹਿਬ ਦੇ ਵੀ ਦਰਸ਼ਨ ਕਰਦੇ ਹਾਂ ਹੁਣ ਚੱਲਦੇ ਹਾਂ ਬਾਹਰ ਸੋ ਹੁਣ ਹੋ ਚੁੱਕੀ ਹੈ ਸਵੇਰ ਅੰਮ੍ਰਿਤਸਰ ਤੋਂ ਅਸੀਂ ਰਾਤੀ ਮਤਲਬ ਸਵੇਰੇ 7:30 ਵਜੇ ਤੱਕ ਅਸੀਂ ਪਹੁੰਚ ਗਏ ਸੀਗੇ ਅਤੇ ਨਾ ਮੈਂ ਕੁਛ ਰਸਤੇ ਦਾ ਰਿਕਾਰਡ ਕੀਤਾ ਨਾ ਮੈਂ ਉੱਥੇ ਜਾ ਕੇ ਮਤਲਬ ਅਸੀਂ ਬੱਸ 'ਤੇ ਹੀ ਆਏ ਸੀਗੇ ਅਤੇ ਨਾ ਮੈਂ ਉੱਥੇ ਬੱਸ ਦਾ ਰਿਕਾਰਡ ਕੀਤਾ ਕਿਉਂਕਿ ਮੈਂ ਇੰਨਾ ਜ਼ਿਆਦਾ ਥੱਕਿਆ ਹੋਇਆ ਸੀਗਾ ਮੈਂ ਕੁਛ ਰਿਕਾਰਡ ਨਹੀਂ ਕਰ ਪਾਇਆ ਅਤੇ ਉਹ ਮਤਲਬ ਬੱਸ 'ਚ ਬੈਠਦੇ ਸਾਰੇ ਮੈਂ ਸੋ ਗਿਆ ਅਤੇ ਸਿੱਧਾ ਮੇਰੀ ਜਾਗ ਖੁੱਲ੍ਹੀ ਹੈਗੀ ਹੈ ਫਿਰ ਆਪਣਾ ਕੀ ਨਾਮ ਲੁਧਿਆਣੇ ਆ ਕੇ ਤਾਂ ਮੈਂ ਕੁਛ ਰਿਕਾਰਡ ਨਹੀਂ ਕੀਤਾ ਹੁਣ ਮੈਂ ਰਿਕਾਰਡ ਕਰ ਰਿਹਾ ਉਮੀਦ ਕਰਦਾ ਤੁਹਾਨੂੰ ਵਲੋਗ ਦੇਖ ਕੇ ਵਧੀਆ ਲੱਗਿਆ ਹੈਗਾ ਜੇ ਵਲੋਗ ਅੱਛਾ ਲੱਗਿਆ ਤਾਂ ਲਾਈਕ ਕਰ ਦੇਣਾ ਚੈਨਲ ਨਵੇਂ ਤੋਂ ਸਬਸਕ੍ਰਾਈਬ ਕਰ ਦੇਣਾ ਜਿੱਦਾਂ ਦਾ ਵੀ ਲੱਗਿਆ ਵਲੋਗ ਕਮੈਂਟ ਕਰ ਦੇਣਾ ਐਂਡ ਥੈਂਕਸ ਫੋਰ ਵਾਚਿੰਗ